ਤੇ ਬਾਕੀ ਸੰਗਾਂ ਤੇ ਇਸ ਟਾਈਮ ਹੈ ਸਾ ਮਾੜੀ, ਜੋ ਕਿ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਵੀਪੀ ਮਾਹੌਲ ਇੱਥੇ ਠੰਡਾ ਠੰਡਾ ਹਵਾ ਹੈ ਅਤੇ ਵੀਪੀ ਚਸਮ ਦਾ ਪੇ ਦਿਲਾਂ ਦੇ ਸੁਮ ਥੀਵਾ, ਲੇਕਿਨ ਸਫ਼ਰ ਢੇਰ ਸਾਰਾ ਕਰਨਾ ਡੇਰਾ ਬੁਕਤੀ ਮਿਲਣਾ ਤੁਹਾਨੂੰ ਪਤਾ ਹੈ। ਅਤੇ ਬਾਕੀ ਇਹ ਸੰਗਾਂ ਤੁਸੀਂ ਚੈੱਕ ਕਰੋ ਪਹਾੜੀ ਦਾ ਇਲਾਕਾ ਹੈ, ਕਿਤਨੇ ਉੱਚੇ ਉੱਚੇ ਪਹਾੜ ਹਨ। ਇਹ ਸੰਗਤ ਹੁਣ ਇਹ ਕਰੇ ਸ਼ਾਇਦ ਮੁਫਤ ਲੱਭਣੇ ਦਾ ਪਿਆ ਮੈਂ ਅੱਜ ਦਾ ਵਲੌਗ, ਅਤੇ ਇੰਟਰਸਟਿੰਗ ਸੀ ਅਤੇ ਇਨਸ਼ਾਅੱਲਾ ਤੁਹਾਨੂੰ ਪਸੰਦ ਵੀ ਅਸੀਂ ਤੁਸੀਂ ਵੀਡੀਓ ਦੇ ਨਾਲ ਰੱਖਣੇ। ਅਤੇ ਪਹਿਲੇ ਪਹਿਲੇ ਵੰਨ ਜੇ ਤਾਂ ਤੁਹਾਨੂੰ ਮਾੜੀ ਦਾ ਵਿਜ਼ਿਟ ਕਰੋ, ਮਾੜੀ ਜੋ ਕਿ ਢੇਰ ਸਾਰਾ ਸਰਦੀ ਹੁੰਦੀ ਹੈ ਕਿਉਂਕਿ ਸਫ਼ਰ ਅੱਜ ਨਾ ਕਾਫੀ ਦਿਵਾਰਾਂ ਦੇ ਬਾਅਦ ਜ਼ਿਆਦਾ ਕਰਨਾ ਪਿਆ। ਬਾਕੀ ਸੰਗਤ ਦੇ ਸੰਨਿਆਸ ਮੰਦਰ ਸੰਗਤ ਮਾੜੀ ਕੋ 10 ਕਿਲੋਮੀਟਰ ਆਉਂਦੇ ਪਿੰਡ, ਅਤੇ ਅਸਾਂ ਵੀ ਡੇਰਾ ਉਹ ਬੁਕਚੀ ਡੇਰਾ ਬੁਕਚੀ। ਇਹ ਮਸਜਿਦ ਦੇ ਸੰਗਤ ਪੱਥਰ ਦੇ ਨਾਲ ਬਣੇ ਪਏ, ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ। ਅਤੇ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਅਸੀਂ ਇੱਥਾਂ ਇੰਟਰ ਥੀਂਦੇ ਪਏ। ਬਾਕੀ ਸੰਗਤ ਦੇ ਤੋਂ ਕੈਮਰੇ ਦੇ ਵਿੱਚ ਪਤਾ ਨਹੀਂ ਦਰਦ ਆਵੇ ਪਤਾ ਕਹਿਣਾ, ਵੀ ਆਈ ਪੀ ਮਾਹੌਲ ਹੈ ਵੀ ਆਈ ਪੀ। ਇਹ ਝਿੱਕ ਤੁਸੀਂ ਚੈੱਕ ਕਰ ਸਕਦੇ ਹੋ ਕਿਤਨਾ ਗਹਿਰਾ ਝਿੱਕ ਹੈ, ਤੁਸੀਂ ਚੈੱਕ ਕਰੋ। ਇਹ ਸੰਗਤ ਤੁਸੀਂ ਚੈੱਕ ਕਰੋ, ਇਹ ਸੰਗਤ ਉੱਤੋਂ ਦੇਖੋ ਕਿਤਨਾ ਪਹਾੜੀ, ਮਤਲਬ ਚੈੱਕ ਕਰੋ ਸੰਗਤ। ਤੁਹਾਡੇ ਵਾਸਤੇ ਆਇਆ ਮੈਂ ਇੱਥਾਂ ਓਨਲੀ ਵਲੌਗਿੰਗ ਵਾਸਤੇ, ਵਲੌਗ ਵਾਸਤੇ ਸੰਗਤ ਜਿੱਥੇ ਮੈਂ ਆਇਆ। ਬਾਕੀ ਸੰਗਤ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਇੱਥੇ ਤੇ ਅੱਗੂ ਇਹਨੂੰ ਤੋ ਕੋ ਵਿਜ਼ਿਟ ਕਰਨੋ। ਮਾੜੀ ਕਹਿਣੀ ਹੈ ਅਤੇ ਪਹਾੜੀ ਦੇ ਇਲਾਕੇ ਜਿਸ ਹੁਣ ਇੰਟਰ ਥੇ, ਅਤੇ ਅੱਜ ਮਾੜੀ ਕਹਿਣੀ ਹੈ ਮਾੜੀ ਕੂੰ ਬਹੁਤ ਦੇਰ ਅਤੇ ਅੱਗੂ ਵੇਣਾ ਪਸੀ ਅਤੇ ਢੇਰ ਸਾਰਾ ਸਫ਼ਰ ਲਾਥੇ ਜਾਂਦੇ। ਅਸਲਾਮ ਅਲੈਕੁਮ, ਕੀ ਹਾਲ ਹੈ ਦੋਸਤੋ, ਠੀਕ ਹੋ ਫਿਰ ਤੋਂ ਵੀ ਅਸੀਂ ਠੀਕ ਹੈ ਦੋਸਤੋ। ਮੈਂ ਤੁਹਾਡਾ ਆਪਣਾ ਸਾਜਿਦ ਬਲੋਚ, ਅਤੇ ਤੁਸੀਂ ਸਾਡੇ ਤੇ ਮੇਰੇ ਯੂਟਿਊਬ ਚੈਨਲ ਬਲੋਚ ਦਾ, ਉਮੀਦ ਕਰਨ ਦਾ ਸਾਰੀ ਸੰਗਤ ਠੀਕ ਹੋ ਸੀ ਅਤੇ ਖੁਸ਼ ਅਸੀਂ ਸੰਗਤ। ਮੈਂ ਵੀ ਠੀਕ ਹਾਂ, ਖੁਸ਼ ਹਾਂ। ਤੁਹਾਡੀ ਦੁਬਾਰਾ ਲਾਈਕ ਲਾਓ ਕਰਨ ਦੇ ਸਟਾਰਟ ਦੇ ਸੰਗਤ ਕਰ ਚੈਨਲ ਨਵੇਂ ਚੈਨਲ ਸਬਸਕ੍ਰਾਈਬ ਲੈ ਦਿੱਤੇ, ਵੀਡੀਓ ਕੋ ਲਾਈਕ ਕਮੈਂਟ ਸ਼ੇਅਰ ਕਰੋ, ਸਾਰੀ ਜਿਹੜੇ ਫੋਲੋ ਮਾਪਦਾ ਵੀਡੀਓ, ਤੁਹਾਡੀ ਜ਼ਿੰਦਗੀ ਦੀ ਫੁੱਲ ਖੈਰ ਹੋਵੇ, ਖੁਸ਼ ਰਹੋ ਅਤੇ ਬਾਦ ਰਹੋ ਅਤੇ ਸ਼ਾਦ ਰਹੋ ਸੰਗਤ। ਅੱਜ ਦਾ ਵਲੌਗ ਥੋੜ੍ਹਾ ਨਵਾਂ ਸੀ, ਇੰਟਰਸਟਿੰਗ ਸੀ ਅਤੇ ਸਾਰੇ ਵਲੌਗ ਕਰੇ ਮੁਖਤਲਿਫ ਸੀ, ਜੋ ਕਿ ਸੰਗਤ ਹੁਣ ਮੈਂ ਮਤਲਬ ਮੇਰਾ ਆਵਾਜ਼ ਕਰੀਦਾ ਪਿਓ ਸੀ, ਜੋ ਕਿ ਮੈਂ ਪੂਰਾ 250 ਕਿਲੋਮੀਟਰ ਸਫ਼ਰ ਕਰਦੇ ਆਏ, ਜੋ ਕਿ ਮੋਟਰਸਾਈਕਲ ਦੇ ਅੱਬੂਏ ਅਤੇ ਚਾਚਾ ਸਮੇਲੇ, ਅਤੇ ਅਸਾਂ ਵੇਂਦੇ ਪਏ ਕਿੱਥਾਂ ਇਸ ਟਾਈਮ ਖੜ੍ਹੇ ਹਾਂ ਸਰ ਲੁੰਡੀ ਸੈਦਾ, ਲੁੰਡੀ ਸੈਦਾ ਮਤਲਬ ਭਰੂ ਖੜ੍ਹੇ ਥੋੜ੍ਹਾ, ਅਤੇ ਅਸਾਂ ਵੇਂਦੇ ਪਏ ਡੇਰਾ ਬੁਕਟੀ, ਤੁਹਾਨੂੰ ਪਤਾ ਸੀ ਡੇਰਾ ਬੁਕਟੀ ਕਿਤਨਾ ਸਫ਼ਰ ਹੋ ਸੀ, ਸ਼ਾਇਦ ਹੁਣ ਇਸ ਟਾਈਮ 1500 ਕਿਲੋਮੀਟਰ ਸਫ਼ਰ ਰਹਿੰਦਾ ਪਏ, ਅਤੇ ਅਸਾਂ ਕਰਨਾ 1500 ਕਿਲੋਮੀਟਰ ਸਫ਼ਰ ਕਰਨਾ। ਅਤੇ ਪਹਿਲੇ ਪਹਿਲੇ ਤੁਹਾਨੂੰ ਵਿਜ਼ਿਟ ਕਰ ਸੂ ਮਾੜੀ ਦਾ, ਮਾੜੀ ਦਾ ਵਿਜ਼ਿਟ ਕਰ ਸੂ ਵੀ ਆਈ ਪੀ ਮਾਹੌਲ ਸੀ, ਅਤੇ ਪਹਿਲੀ ਦਫ਼ਾ ਆਵਾਜ਼ ਕਰੀ ਨੰਬਰ ਯਾਰ, ਅਤੇ ਨਜ਼ਲਾ ਵੀ ਨਾਲ ਨਾਲ, ਅਤੇ ਬੁਖਾਰ ਵੀ ਹਾਰ ਤੋਗਾ, ਅਤੇ ਇੰਜੈਕਸ਼ਨ ਵਗੈਰਾ ਲਵਾਇਆ ਵੀ। ਬਾਕੀ ਸੰਗਤ ਅੱਜ ਦਾ ਵਲੌਗ ਥੋੜ੍ਹਾ ਇੰਟਰਸਟਿੰਗ ਸੀ ਅਤੇ ਵੀ ਆਈ ਪੀ ਸੀ, ਅਤੇ ਬਾਕੀ ਤੁਹਾਨੂੰ ਥੋੜ੍ਹਾ ਜਿਹਾ ਵਿਜ਼ਿਟ ਕਰਵਾ ਦਿਓ ਇੱਥਾਂ, ਇਹ ਤੁਸੀਂ ਚੈੱਕ ਕਰ ਸਕਦੇ ਇੱਥੇ ਨਾ ਕਸ਼ਾ ਕਹਿਣੀ ਨਾਲ ਨਾਲ, ਅਤੇ ਇਹ ਤੁਸੀਂ ਚੈੱਕ ਕਰ ਸਕਦੇ ਸੰਗਤ ਨਿਦਰ ਦਾ ਪਿਆ ਸੀ ਤੁਹਾਨੂੰ। ਇਹ ਸੰਗਤ ਪਹਾੜੀ ਦੇ ਇਲਾਕੇ ਸਮੇਂ ਦੇ ਪਿਆ ਮਾੜੀ, ਜੋ ਕਿ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਇਸ ਟਾਈਮ ਮੈਂ ਇੱਥੇ ਲੈ ਗਿਆ ਜੋ ਕਿ ਵਲੌਗ ਵੀਡੀਓ ਵਾਸਤੇ। ਅਤੇ ਬਾਕੀ ਸੰਗਤ ਅੱਜ ਦਾ ਵਲੌਗ ਥੋੜ੍ਹਾ ਮੁਖਤਲਿਫ ਹੋ ਸੀ, ਅਤੇ ਸਾਰੇ ਵਲੌਗ ਜਿਹੜੇ ਮੈਂ ਪਿਛਲੇ ਵਲੌਗ ਨਾ ਹੁਣ ਇਹ ਕਰੇ ਸ਼ਾਇਦ ਮੁਖਤਲਿਫ ਬਣੇ ਦਾ ਪਿਆ ਮੈਂ ਅੱਜ ਦਾ ਵਲੌਗ, ਅਤੇ ਇੰਟਰਸਟਿੰਗ ਸੀ ਅਤੇ ਇਨਸ਼ਾਅੱਲਾ ਤੁਹਾਨੂੰ ਪਸੰਦ ਵੀ ਹੋ ਸੀ, ਤੁਸੀਂ ਵੀਡੀਓ ਦੇ ਨਾਲ ਰੱਖਣੇ। ਅਤੇ ਪਹਿਲੇ ਪਹਿਲੇ ਵੰਨ ਜੇ ਤਾਂ ਤੁਹਾਨੂੰ ਮਾੜੀ ਦਾ ਵਿਜ਼ਿਟ ਕਰੋ, ਮਾੜੀ ਜੋ ਕਿ ਢੇਰ ਸਾਰਾ ਸਰਦੀ ਹੁੰਦੀ ਹੈ, ਅਤੇ ਸਮਾਨ ਹੀ ਮੈਂ ਕਹਿਣੀ ਚਾਹੀਦਾ ਪਾਉਣ ਵਾਸਤੇ ਕੋਈ ਜਰਸੀ ਵਗੈਰਾ ਉਹ ਕਸ਼ਾ ਕਹਿੰਦੇ ਨਾਲ। ਇਹ ਸੰਗਤ ਅਸਾਂ ਵੇਂਦੇ ਪਏ ਮਾੜੀ ਦਾ ਵਿਜ਼ਿਟ ਕਰਨ ਤੋਂ ਪਹਿਲੇ ਪਹਿਲੇ, ਅਤੇ ਇਸ ਟਾਈਮ ਅਸਾਂ ਮਤਲਬ ਲੁੰਡੀ ਸਾਧਨ ਕਰਾਸ ਕਰ ਆਏ ਹਾਂ ਅੱਗੂ ਤੇ, ਅਤੇ ਇੱਥੇ ਮੈਂ ਖੜ੍ਹੇ ਵਲੌਗ ਦੇ ਵਾਸਤੇ, ਅਤੇ ਮੈਂ ਕਿ ਵਲੌਗ ਵੀਡੀਓ ਬਣਾ ਕੇ ਨੂੰ, ਅਤੇ ਆਪਣੇ ਸੰਗਤ ਕੁੜੇ ਸਾਰੇ ਅਸਾਂ ਕਿੱਥੇ ਵੇਂਦੇ ਪਏ ਅਤੇ ਕਿੱਥਾਂ ਕਿਵੇਂ ਕਿਵੇਂ ਮਾਹੌਲ ਤੋਂ ਚੈੱਕ ਕਰੋ ਸੋ। ਬਾਕੀ ਸੰਗਤ ਅਸਾਂ ਵੇਂਦੇ ਪਏ ਵਿਜ਼ਿਟ ਕਰਨ ਅਤੇ ਤੁਰਨ ਫਿਰਨ ਜਿਵੇਂ ਕਿ ਹੁੰਦੇ ਨਾ ਮਾਹੌਲ ਕਰਨ, ਅਤੇ ਬਾਕੀ ਲਵ ਯੂ, ਥੈਂਕ ਯੂ ਸੋ ਮਚ, ਤੁਸੀਂ ਵੀਡੀਓ ਦੇ ਨਾਲ ਆ ਰਹੇ ਹੋਣੇ। ਅਤੇ ਬਾਕੀ ਸੰਗਤ ਇਸ ਟਾਈਮ ਹੈ ਅਸਾਂ ਲੁੰਡੀ ਸੈਦਾਨ, ਜੋ ਕਿ ਸ਼ਹਿਰ ਦੇ ਵਜੋਂ ਹੈ ਬਾਜ਼ਾਰ ਦੇ ਵਿੱਚ, ਲੋਕ ਵਿਜ਼ਿਟ ਕਰਵਾਓ। ਬਾਕੀ ਇਹ ਸੰਗਤ ਤੋਂ ਚੈੱਕ ਕਰ ਸਕਦੇ ਹੋ, ਜਾਪੋਣੀ ਦੇ ਇਕੱਠੇ ਇੱਥਾਂ ਅਸਾਂ ਚਾਹ ਪੀਣੋ ਹੋਟਲ ਦੇ ਸੰਗਤ, ਤਾਂ ਵੀਡੀਓ ਦੇ ਨਾਲ ਰਹਿਣਾ, ਤੁਹਾਡੀ ਜ਼ਿੰਦਗੀ ਦੀ ਫੁੱਲ ਖੈਰ ਹੋਵੇ, ਖੁਸ਼ ਰਹੋ ਅਤੇ ਆਬਾਦ ਰਹੋ। ਅਤੇ ਬਾਕੀ ਸੰਗਤ ਮੈਂ ਤਾਂ ਇੱਥਾਂ ਮਤਲਬ ਦੂਜੀ ਤੀਜੀ ਦਫ਼ਾ ਆਇਆ ਲੁੰਡੀ ਸੈਦਾਨ, ਇਹ ਤੁਸੀਂ ਚੈੱਕ ਕਰ ਸਕਦੇ ਹੋ ਮਾਹੌਲ। ਬਾਕੀ ਤਾਂ
ਧਿਆਨ ਕਰਦਾ, ਬਾਕੀ ਸੰਗਤ ਸਹੀ ਮਾਹੌਲ ਹੈ ਜਿਵੇਂ ਕਿ ਠਹਿ ਵੰਜੇ ਸੰਗਤ ਤਾਂ ਚੈੱਕ ਕਰ ਸਕਦਾ ਸਾ ਕੇ ਪਾਣੀ ਨਾ ਕਿਤੇ ਇਹ ਸੰਗਤ ਤਾਂ ਚੈੱਕ ਕਰ ਸਕਦਾ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਹੈ ਇਹ ਝਿੱਕ ਤੁਸੀਂ ਚੈੱਕ ਕਰ ਸਕਦੇ ਹੋ ਕਿਤਨਾ ਗਹਿਰਾ ਝਿੱਕ ਹੈ ਤੁਸੀਂ ਚੈੱਕ ਕਰੋ ਇਹ ਸੰਗਤ ਤੁਸੀਂ ਚੈੱਕ ਕਰੋ ਇਹ ਸੰਗਤ ਉੱਤੋਂ ਦੇਖੋ ਕਿਤਨਾ ਪਹਾੜੀ ਚੈੱਕ ਕਰੋ ਸੰਗਤ ਤੁਹਾਡੇ ਵਾਸਤੇ ਆਇਆ ਮੈਂ ਇੱਥਾਂ ਲਈ ਓਨਲੀ ਵਲੋਗਿੰਗ ਵਾਸਤੇ ਵਲੋਗ ਵਾਸਤੇ ਸੰਗਤ ਜਿੱਥੇ ਮੈਂ ਆਇਆ ਬਾਕੀ ਸੰਗਤ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਇੱਥੇ ਤੇ ਅੱਗੋਂ ਇਹਨੂੰ ਤਾਂ ਕੋਈ ਵਿਜ਼ਿਟ ਕਰਨ ਮਾੜੀ ਕਹਿਣੀ ਆ ਅਤੇ ਪਹਾੜੀ ਦੇ ਇਲਾਕੇ 'ਚ ਅਸਾਂ ਹੁਣ ਇੰਟਰ ਥੇ ਅਤੇ ਅੱਜ ਮਾੜੀ ਕਹਿਣੀ ਆ ਮਾੜੀ ਕੂੰ ਬਹੁਤ ਦੇਰ ਅਤੇ ਅੱਗੋਂ ਵੇਣਾ ਪੁਸੀ ਅਤੇ ਢੇਰ ਸਾਰਾ ਸਫ਼ਰ ਲਾਥਿਆ ਜਾਂਦਾ ਅਤੇ ਮੇਰੇ ਕੋਲ ਤਾਂ ਹੁਣੇ ਹੁਣੇ ਚੱਕਰ ਆਉਂਦੇ ਪੈਣ ਕਿਉਂਕਿ ਢੇਰ ਸਾਰਾ ਸਫ਼ਰ ਕਰ ਗਏ ਹਾਂ ਸੰਗਤ ਬਾਕੀ ਲਵ ਯੂ ਥੈਂਕ ਯੂ ਸੋ ਮਚ ਵੀਡੀਓ ਦੇ ਨਾਲ ਆ ਰਿਹਾ ਹੁਣੇ ਬਾਕੀ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਅੱਬੂ ਹੁਣੀ ਖੜੇ ਨੂੰ ਤਾਂ ਅਤੇ ਅਸਾਂ ਵਹਿੰਦੇ ਹਾਂ ਅਤੇ ਅੱਗੋਂ ਤਾਂ ਕੋਈ ਦੇਖਣ ਨੂੰ ਮਾਸ਼ਾਅੱਲਾ ਵੀ ਆਪਣੇ ਮਾਹੌਲ 'ਤੇ ਸੀ ਇਹ ਸੰਗਤ ਤੁਸੀਂ ਚੈੱਕ ਕਰੋ ਪਹਾੜੀ ਦਾ ਇਲਾਕਾ ਹੈ ਕਿਤਨੇ ਉੱਚੇ ਉੱਚੇ ਪਹਾੜ ਹਨ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਅਤੇ ਸੰਗਤ ਹੀ ਟਾਈਮ ਹੈ ਅਸਾਂ ਸ਼ਾਹਜ਼ਾਦ ਬਜ਼ੁਰਗ ਦਰਬਾਰ ਹੈ ਪਤਾ ਨਹੀਂ ਕਿਹਾ ਯਾਰ ਅਤੇ ਇੱਥੇ ਹੀ ਅਸੀਂ ਜ਼ਿਆਰਤ ਕਰਦੇ ਆਬੂ ਦੇ ਇਕੱਠੇ ਚਾਚਾ ਸਮਝ ਲੇ ਇਕੱਠੇ ਦਰਬਾਰ ਸ਼ਾਹਜ਼ਾਦ ਕਿਹੜਾ ਸ਼ਾਹਜ਼ਾਦ ਬਜ਼ੁਰਗ ਦਰਬਾਰ ਅਤੇ ਅਸੀਂ ਇੱਥੇ ਹੀ ਜ਼ਿਆਰਤ ਵਗੈਰਾ ਕਰਦੇ ਹਾਂ ਅਤੇ ਤੁਹਾਨੂੰ ਵੀਡੀਓ ਦੇ ਨਾਲ ਆ ਰਹਾ ਬਾਕੀ ਸੰਗਤ ਜਿੱਥੇ ਤੁਸੀਂ ਪਹਾੜੀ ਇਲਾਕੇ ਦਾ ਮਾਹੌਲ ਚੈੱਕ ਕਰ ਸਕਦੇ ਮਾਸ਼ਾਅੱਲਾ ਵੀ ਆਪਣੇ ਮਾਹੌਲ ਹੈ ਅਤੇ ਅੱਬੂ ਹੁਣੀ ਜ਼ਿਆਰਤ ਕਰਨ ਦੇ ਪਿੰਡ ਅਤੇ ਨਾਲ ਅਸੀਂ ਹੀ ਵਹਿੰਦੇ ਹਾਂ ਅਤੇ ਬਾਕੀ ਲਵ ਯੂ ਥੈਂਕ ਯੂ ਸੋ ਮਚ ਵੀਡੀਓ ਦੇ ਨਾਲ ਆ ਰਹਾ ਹੁਣੇ ਅਤੇ ਬਾਕੀ ਸੰਗਤ ਇਹ ਤੁਸੀਂ ਪਹਾੜੀ ਦਾ ਮਤਲਬ ਚੈੱਕ ਕਰ ਸਕਦੇ ਕਿਵੇਂ ਬਣੇ ਪੈਣ ਦਵਾਈ ਮੰਗਦੇ ਹਾਂ ਬਾਕੀ ਲਵ ਯੂ ਸੰਗਤ ਇਹ ਮਸਜਿਦ ਦੇ ਸੰਗਤ ਇਹ ਪੱਥਰ ਦੇ ਨਾਲ ਬਣੇ ਪਏ ਤੁਸੀਂ ਚੈੱਕ ਕਰ ਸਕਦੇ ਮਾਸ਼ਾਅੱਲਾ ਅਤੇ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਅਸੀਂ ਇੱਥਾਂ ਇੰਟਰ ਥਿੰਦੇ ਪਏ ਹਾਂ ਮਾਸ਼ਾਅੱਲਾ ਸੰਗਤ ਲਵ ਯੂ ਅਸਾਂ ਤੁਹਾਡੇ ਵਾਸਤੇ ਦੁਆ ਕਰਦੇ ਅਤੇ ਆਪਣੇ ਵਾਸਤੇ ਦੁਆ ਕਰਦੇ ਹਾਂ ਸ਼ਾਹਜ਼ਾਦ ਬਜ਼ੁਰਗ ਦਰਬਾਰ 'ਤੇ ਅਸਾਂ ਜ਼ਿਆਰਤ ਕਰਦੇ ਪਏ ਹਾਂ ਲਵ ਯੂ ਥੈਂਕ ਯੂ ਸੋ ਮਚ ਤੁਸੀਂ ਵੀਡੀਓ ਦੇ ਨਾਲ ਲੱਗ ਰਹੇ ਅਤੇ ਬਾਕੀ ਸੰਗਤ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੱਥਰ ਦੇ ਨਾਲ ਬਣੇ ਪੈਣ ਜੋ ਕਿ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਇਹ ਸੰਗਤ ਮਸਜਿਦ ਬਣੇ ਨੇ ਪੱਥਰ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਕਿਵੇਂ ਬਣਿਆ ਪਏ ਅਤੇ ਅੰਦਰ ਵਿਜ਼ਿਟ ਕਰਦੇ ਤੋਂ ਕਿਵੇਂ ਬਣਿਆ ਪਏ ਮਾਸ਼ਾਅੱਲਾ ਪਹਿਲੇ ਕਰ ਇਹ ਹਿੰਦਾ ਗੇਟ ਹੈ ਅੰਦਰ ਤਾਂ ਮੈਂ ਵਿਜ਼ਿਟ ਕਰਵਾਉਣਾ ਹੈ ਜੋ ਥੀ ਵੀ ਘਿਰਣਾ ਹੈ ਅੰਦਰ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਕੋਲ ਥੋੜ੍ਹਾ ਥੋੜ੍ਹਾ ਡਰ ਲੱਗਦਾ ਵੀ ਡਰ ਲੱਗਦਾ ਕਿ ਨਹੀਂ ਪਿਆ ਬਾਕੀ ਸੰਗਤ ਇੱਥੇ ਤਾਂ ਮਾਹੌਲ ਬਣੇ ਪਏ ਮਾਸ਼ਾਅੱਲਾ ਯਾਰ ਮੈਂ ਸੋਚਿਆ ਪਿਆ ਪਹਾੜੀ ਦੇ ਲਾ ਕੇ ਅਸੀਂ ਗੁੱਲੇ ਪਾ ਕਿਵੇਂ ਦਿੱਤੇ ਨੇ ਵਾਲਾ ਮਿੱਟੀ ਨਾਲ ਲੇ ਪਾਇਆ ਪਿਆ ਕੱਚੇ ਮਿੱਟੀ ਦੇ ਨਾਲ ਇਹ ਤੁਸੀਂ ਚੈੱਕ ਕਰ ਸਕਦੇ ਹੋ ਇੱਥੋਂ ਚਲੋ ਜੋ ਕੁਝ ਹੈ ਅਸਾਂ ਤਾਂ ਵਿਜ਼ਿਟ ਕਰਵਾਉਣਾ ਲਵ ਯੂ ਥੈਂਕ ਯੂ ਸੋ ਮਚ ਵੀਡੀਓ ਦੇ ਨਾਲ ਆ ਰਹਾ ਹੁਣ ਅਸਾਂ ਬਾਹਰ ਵੰਦੇ ਪਏ ਹੁਣ ਅਤੇ ਸੰਗਤ ਤੋਂ ਕੋਈ ਵਿਜ਼ਿਟ ਕਰਨ ਨੂੰ ਅਸਾਂ ਮਾੜੀ ਜਾਂ ਪੁੱਜੇ ਕਹਿਣ ਸੇ ਅਤੇ ਪਹਾੜੀ ਦਾ ਇਲਾਕਾ ਇੱਥੇ ਹੀ ਅਸਾਂ ਵਧਦੇ ਪਏ ਅਤੇ ਸ਼ਾਹਜ਼ਾਦ ਬਜ਼ੁਰਗ ਅਤੇ ਦਰਬਾਰ 'ਤੇ ਅਸਾਂ ਜ਼ਿਆਰਤ ਕੀਤੇ ਸੇ ਅਤੇ ਅੱਗੇ ਦੇ ਵੇਨੇ ਮਾੜੀ 'ਤੇ ਤੋਂ ਕੋਈ ਵਿਜ਼ਿਟ ਕਰਦੇ ਅਤੇ ਅੱਜ ਦਾ ਵੀਰਾ ਥੋੜ੍ਹਾ ਇੰਟਰਸਟਿੰਗ ਥੀ ਸੀ ਲਵ ਯੂ ਅਤੇ ਬਾਕੀ ਸੰਗਤ ਇਸ ਟਾਈਮ ਉਹ ਜ਼ਿਆਦਾ ਵਧਾ ਮਤਲਬ ਮਾੜੀ 10 ਕਿਲੋਮੀਟਰ ਭੱਜਦੇ ਪੈਣ ਅਤੇ ਇਸ ਟਾਈਮ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ 10 ਕਿਲੋਮੀਟਰ ਮਤਲਬ ਨਜ਼ਰਦਾ ਪਿਆ ਸੀ ਇੱਥੋਂ
ਥੋੜ੍ਹਾ ਥੋੜ੍ਹਾ ਮਿੱਟਿਆ ਪਿਆ ਲੇਕਿਨ 10 ਕਿਲੋਮੀਟਰ ਮਾੜੀ 10 ਕਿਲੋਮੀਟਰ ਠੀਕ ਹੈ ਸੰਗਤ 10 ਕਿਲੋਮੀਟਰ ਪੈਦਾ ਮਾੜੀ ਅਤੇ ਬਾਕੀ ਇੱਥਾਂ ਨਜ਼ਾਰਾ ਨਾ ਵੀ ਆਈ ਪੀ ਮਾਹੌਲ ਬਣਿਆ ਪਏ ਅਤੇ ਮਤਲਬ ਠਟਕਾਰ ਪਹਿਲੇ ਪੈ ਗਈ ਅਤੇ ਜਿਵੇਂ ਸਰਦੀ ਵਗੈਰਾ ਹੁੰਦੇ ਨਾ ਮਾੜੀ ਤੋਂ ਪਤਾ ਚਢਾਈ ਲਾ ਕੇ ਅਤੇ ਇਹੀ ਵਾਸਤੇ ਸਰਦੀ ਮੇਰੇ ਥੋੜ੍ਹਾ ਥੋੜ੍ਹਾ ਥੀਂਦਾ ਪਏ ਬਾਕੀ ਅੱਲਾ ਖੈਰ ਕਰੇ ਸੰਗਤ ਇੱਥਾਂ ਨਾ ਵੀ ਆਈ ਪੀ ਨਜ਼ਾਰਾ ਹੁੰਦਾ ਪਏ ਅਤੇ ਵੀ ਆਈ ਪੀ ਮਾਹੌਲ ਬਣਿਆ ਪਏ ਮਾਸ਼ਾਅੱਲਾ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਕੋਈ ਵਿਜ਼ਿਟ ਕਰਵਾਓ ਸੰਗਤ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਹੈ ਸੰਗਤ ਬਾਕੀ ਤੁਹਾਡੀ ਜ਼ਿੰਦਗੀ ਦੀ ਫੁੱਲ ਖੈਰ ਹੋਵੇ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਫਕਤ 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 ਮਤਲਬ ਓਨਲੀ ਓਨਲੀ ਸਿਰਫ ਔਰ ਸਿਰਫ ਵਲੋਗਿੰਗ ਵੀਡੀਓ ਵਾਸਤੇ ਆਇਆ ਮੈਂ ਇੱਥੇ ਵਿਆਹ ਪੇ ਕੋਈ ਕੰਮ ਕਹਿਣਾ ਹਾਂ ਅਤੇ ਵਲੋਗ ਵੀਡੀਓ ਵਾਸਤੇ ਆਇਆ ਅਤੇ ਬਾਕੀ ਸੰਗਤ ਇੱਥੇ ਦਾ ਵੀ ਆਈ ਪੀ ਮਾਹੌਲ ਹੈ ਸੰਗਤ ਮੈਂ ਕਿ ਯਾਰ ਵੀਡੀਓ ਵੀ ਬੜਾ ਕਰ ਦਿੱਤੋ ਅਤੇ ਕਾਫੀ ਡਿਮਾਂਡ ਥੀ ਜਾਂਦੇ ਅਸਾਂ ਮਾੜੀ ਆਏ ਕਹਿੰਦੇ ਤੇ ਹੀ ਵਾਸਤੇ ਲਵ ਯੂ ਅਤੇ ਮਾੜੀ ਦਾ ਪਹਿਲੇ ਵੀਡੀਓ ਮੇਰਾ ਕੋਈ ਕਹਿਣੀ ਅਤੇ ਮੈਂ ਮਤਲਬ ਬਣਾਇਆ ਕਹਿਣੀ ਮਾੜੀ ਦਾ ਅਤੇ ਕੀ ਪਹਾੜੀ ਇਲਾਕੇ ਦਾ ਵੀਡੀਓ ਕੋਈ ਵੀ ਕਹਿਣੀ ਬਣਾਇਆ ਮੈਂ ਅਤੇ ਇਸ ਟਾਈਮ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਹੈ ਸੰਗਤ ਇਹ ਨਜ਼ਰਦਾ ਪਿਆ ਕੁਝ ਸੰਗਤ ਮੇਰੇ ਕੋਲ ਦੱਸਿਆ ਸੋ ਕਮੈਂਟ ਲਾਜ਼ਮੀ ਕਰ ਸੋ ਅਤੇ ਇਹ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਲੱਗੇ ਅਤੇ ਕਿਵੇਂ ਲੱਗਦਾ ਪਏ ਇੱਥੇ ਮੈਂ ਚਾੜ ਦਿੰਦਾ ਬਾਕੀ ਅੱਲਾ ਖੈਰ ਕਰ ਢਹਿ ਨਾ ਮੰਨੋ ਕਿੱਥੇ ਨਾ ਕਿੱਥੇ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਕਿਤਨਾ ਝੇਕੇ ਅਤੇ ਮੈਂ ਕਿਤਨਾ ਉੱਚੇ 'ਚ ਖੜਾਂ ਮਤਲਬ ਅੱਗੋਂ ਉੱਚਾ ਇਹ ਮਤਲਬ ਪੂਣੇ ਉੱਥੋਂ ਬੈਠਣ 'ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸੰਗਤ ਇੱਥੇ ਤਾਂ ਵਿਆਹ ਵੀ ਮਾਹੌਲ ਹੈ ਵਿਆਹ ਪਤਾ ਕਹਿੰਦੀ ਮੇਰੇ ਸਿਰ ਦਰਦ ਢੇਰ ਸਾਰੇ ਕਿਉਂਕਿ ਸਫ਼ਰ ਅੱਜ ਨਾ ਕਾਫੀ ਦਿਵਾਰਾਂ ਦੇ ਬਾਅਦ ਜ਼ਿਆਦਾ ਕਰਨਾ ਪਿਆ ਬਾਕੀ ਸੰਗਤ ਦੇ ਸੰਨਿਆਸ ਮੰਦਰ ਸੰਗਤ ਮਾੜੀ ਕੋਂ 10 ਕਿਲੋਮੀਟਰ ਆਉਂਦੇ ਪੈਣ ਅਤੇ 8 ਵਜੇ ਡੇਰਾ ਉਹ ਬੁਕਟੀ ਡੇਰਾ ਬੁਕਟੀ ਅਤੇ ਇੱਥਾਂ ਸਿਗਨਲ ਤਾਂ ਵਗੈਰਾ ਵੈਸੇ ਮੈਂ ਹਿੰਨ ਕਹਿਣਾ ਲੇਕਿਨ ਹੋਸਨ ਸਹੀ ਯੂ ਫੁੰਡਲ ਨਾਰ ਦੇ ਪਤਾ ਕਹਿੰਦੀ ਕਿਹੜੇ ਸਿਗਨਲ ਹਨ ਮੈਂ ਅਜੇ ਡਿੱਠਾ ਹੀ ਕਹਿੰਦੀ ਬਾਕੀ ਲਵ ਯੂ ਸੰਗਤ ਇਸ ਟਾਈਮ ਟਾਈਮ ਕਿਆ ਯਾਰ ਟਾਈਮ 9:16 ਹਨ ਜੋ ਕਿ ਲਵ ਯੂ ਥੈਂਕ ਯੂ ਸੋ ਮਚ ਤੁਸੀਂ ਵੀਡੀਓ ਦੇ ਨਾਲ ਆ ਰਹਾ ਹੈ ਬਾਕੀ ਸੰਗਤ ਇਹ ਤੁਸੀਂ ਚੈੱਕ ਕਰੋ ਅਤੇ ਸੰਗਤ ਹੁਣ ਸਮੇਂ ਦੇ ਪਏ ਅਤੇ ਮਾੜੀ ਅਤੇ ਤੂੰ ਮਾੜੀ ਦਾ ਵੀ ਡੇਰਾ ਬੁਕਟੀ ਅੱਜ ਦਾ ਵਲੋਗ ਥੋੜ੍ਹਾ ਲੰਬਾ ਤੀ ਸੀ ਅਤੇ ਟੈਨਸ਼ਨ ਨਾ ਗਿਣ ਵਲੋਗ ਨੂੰ ਲੇਖ ਸੋ ਲਾਜ਼ਮੀ ਠੀਕ ਹੈ ਫੁੱਲ ਅਤੇ ਸ਼ਾਇਦ ਢੇਰ ਸਾਰਾ ਲੰਬਾ ਥੀ ਵੀ ਸੀ ਅੱਜ ਦਾ ਵਲੋਗ ਅਤੇ ਪਹਿਲੇ ਤਾਂ ਮੈਂ 10 ਮਿੰਟ 12 ਮਿੰਟ ਅੱਜ ਦਾ ਵਲੋਗ ਮੇਰੇ ਕੋਲ ਪਤਾ ਢੇਰ ਲੰਬਾ ਥੀ ਵੀ ਸੀ ਲਵ ਯੂ ਅਤੇ ਤੁਸੀਂ ਵੀਡੀਓ ਦੇ ਨਾਲ ਰਹਿਣਾ ਅੱਜ ਸਮੇਂ ਦੇ ਪਿਆ ਮਾੜੀ ਅਤੇ ਡੇਰਾ ਬੁਕਟੀ ਅਤੇ ਤੁਹਾਨੂੰ ਵਿਜ਼ਿਟ ਕਰਨ ਨੂੰ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਤੇ ਸੀ ਲਵ ਯੂ ਥੈਂਕ ਯੂ ਸੋ ਮਚ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਕਿਤਨਾ ਉੱਚਾਈ ਅਤੇ ਅਸਾਂ ਲੈ ਹੋ ਤਲੋਂ ਜੇਕ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹ ਸੰਗਤ ਪਹਾੜ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਕਿਤਨਾ ਵੱਡਾ ਪਹਾੜ ਤੁਸੀਂ ਚੈੱਕ ਕਰ ਸਕਦੇ ਹੋ ਇਹ ਡੱਠੇ ਉੱਥੋਂ ਖੈਰ ਇਹ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਾਬਾ ਬਲਕਮ ਦਾ ਪਿਆਮ ਅਤੇ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਹੈ ਇੱਥੋਂ ਦਾ ਇਹ ਤੁਸੀਂ ਚੈੱਕ ਕਰੋ ਕਿਤਨਾ ਵੱਡਾ ਪਹਾੜੀ ਹੈ ਉੱਥੋਂ ਅੱਗੇ ਡੱਠੇ ਅਤੇ ਇੱਥਾਂ ਰੋਡ ਦੇ ਡੱਠੇ ਅਤੇ ਇੱਥਾਂ ਰਸਤਾ ਵਗੈਰਾ ਮੋਟਰਸਾਈਕਲ ਬਣਾਏ ਨੇ ਕੰਪਨੀ ਵਗੈਰਾ ਹਕੂਮਤ ਇਹਦੇ ਵਾਸਤੇ ਸੰਗਤ ਬਾਕੀ ਇਹ ਸੰਗਤ ਤੁਸੀਂ ਪਹਾੜੀ ਚੈੱਕ ਕਰੋ ਅਤੇ ਸੰਗਤ ਅਸਾਂ ਹੁਣ ਵਹਿੰਦੇ ਪਿਆ ਮਾੜੀ ਅਤੇ ਬਾਕੀ ਸੰਗਤ ਤੁਸੀਂ ਚੈੱਕ ਕਰ ਸਕਦੇ ਮਾਸ਼ਾਅੱਲਾ ਇਹ ਰੋਡ ਵਗੈਰਾ ਚੈੱਕ ਕਰਦੇ ਪਏ ਸੰਗਤ ਉੱਥੋਂ ਕਿਹਾ ਅਸਾਂ ਫਿਰਦੇ 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 ਇੱਥਾਂ ਇਹ ਰੋਡ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸੰਗਤ ਇਹ ਤੋਂ ਕੈਮਰੇ ਦੇ ਵਿੱਚ ਪਤਾ ਨਹੀਂ ਦਰਦਾ ਪਿਆ ਪਤਾ ਕਹਿਣਾ ਵੀ ਆਈ ਪੀ ਮਾਹੌਲ ਹੈ ਵੀ ਆਈ ਪੀ ਮੈਂ ਠੱਗ ਥੱਕ ਗਿਆ ਤੁਰ ਤੁਰ ਇੱਥੇ ਮੈਂ ਚੜ੍ਹਾਈਏ ਲੈ ਆਉਣਾ ਪੈ ਗਿਆ ਮੋਟਰਸਾਈਕਲ ਦੇ ਸਿਰ ਹੀ ਢੇਰ ਸਾਰਾ ਦਰਦ ਕਿੱਥੇ ਮੰਨ 'ਚ ਚਾਹ ਪੀਸਾਂ ਪਹਿਲੇ ਪਹਿਲੇ ਬਲੋਚੇ ਕਹਿੰਦੇ ਉਵੇਂ ਚਾਹ ਢੇਰ ਸਾਰੇ ਹੁੰਦੇ ਨੇ
ਰਾਜ ਤੇ ਪਿਸਾਜ ਤੇ ਬਾਕੀ ਸੰਗਾਂ ਤੇ ਇਸ ਟਾਈਮ ਆਇਆ ਸਾਂ ਮਾੜੀ, ਜੋ ਕਿ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਵੀ ਇਹ ਵੀ ਮਾਹੌਲ ਇੱਥੇ ਠੰਡਾ ਠੰਡਾ ਹਵਾ, ਇੱਥੇ ਵੀ ਇਹ ਪੀ ਚਾ ਸਮਦਾ ਪਏ ਦਿਲਾਂ ਦੇ ਸੁਮ ਥੇਵਾਂ, ਲੇਕਿਨ ਸਫ਼ਰ ਢੇਰ ਸਾਰਾ ਕਹਿਣਾ ਡੇਰਾ ਬੁੱਕ ਤੀ ਮਿਲਣਾ ਤੁਹਾਨੂੰ ਪਤਾ ਹੈ, ਅਤੇ ਬਾਕੀ ਇੱਥੇ ਵੀ ਇਹ ਵੀ ਮਾਹੌਲ ਸੰਗਾਂ ਦੀ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਵੀ ਇਹ ਵੀ ਮਾਹੌਲ ਇੱਥੇ ਠੰਡਾ ਠੰਡਾ ਹਵਾ, ਇੱਥੇ ਵੀ ਇਹ ਵੀ ਮਾਹੌਲ ਇਹ ਸੰਗਤ ਹੋਟਲੇ ਮਾੜੀ ਦੇ ਵਿੱਚ, ਹਾਂ ਬੋਰਡ ਜੀ ਨੇ ਹੋਟਲ ਸਮਾਂ ਇਹ ਸੰਗਤ ਬੋਰਡ ਚੈੱਕ ਕਰ ਸਕਦੇ ਪੜ੍ਹ ਸਕਦੇ ਹੋ, ਅਤੇ ਬਾਕੀ ਅਸੀਂ ਸੰਗਤ ਦੇ ਨਿਆਜ਼ ਮਤਲਬ ਸੰਗਤ ਤੁਸੀਂ ਵੀਡੀਓ ਦੇ ਨਾਲ ਰਹਿਣਾ, ਅੱਜ ਦਾ ਵੀਡੀਓ ਥੋੜ੍ਹਾ ਇੰਟਰਸਟਿੰਗ ਸੀ ਅਤੇ ਵੀ ਇਹ ਵੀ ਮਾਹੌਲ ਸੀ, ਇਨ ਸ਼ਾਅੱਲਾ ਤੁਹਾਨੂੰ ਪਸੰਦ ਵੀ ਹੋ ਸੀ, ਲੈ ਵੀ ਯੂ ਥੈਂਕ ਯੂ ਸੋ ਮਚ ਫੁੱਲ ਮੁਹੱਬਤ ਵੰਡੀ ਆਓ, ਚੈਨਲ ਦਾ ਨਾਮ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿੱਤੋ, ਸਭ ਕੁਝ ਮੁਹੱਬਤ ਵੰਡੀ ਆ ਮੇਰੇ ਸਿਰ ਬਹੁਤ ਜ਼ਿਆਦਾ ਦਰਦ ਦੇ ਤੇ ਮਾੜੀ ਦੇ ਅਸਾਂ ਚਾਹ ਵਗੈਰਾ ਪੀਂਦੇ ਅਤੇ ਵਲਾ ਸਫ਼ਰ ਕਰਦੇ ਹਾਂ ਡੇਰਾ ਬੁਗਟੀ, ਮਤਲਬ ਮਾੜੀ ਤੱਕ ਅਸਾਂ ਆਏ ਹਾਂ ਇਤਨਾ ਸਫ਼ਰ ਅੱਗੋਂ ਵੀ ਲਾਤੇ ਢੇਰ ਸਾਰਾ ਸਫ਼ਰ ਲਾਤੇ, ਚਲੋ ਬਾਕੀ ਅੱਲਾ ਖੈਰ ਕਰੇ ਤੁਹਾਡੀ ਜ਼ਿੰਦਗੀ ਦੀ ਖੈਰ ਹੋਏ, ਖੁਸ਼ ਰਹੋ ਅਤੇ ਆਬਾਦ ਰਹੋ ਸ਼ਾਦ ਰਹੋ, ਇਹ ਸੰਗਤ ਦਾ ਮਾਹੌਲ ਚੈੱਕ ਕਰ ਸਕਦੇ ਮਾੜੀ ਦਾ ਮਾਹੌਲ ਹੈ ਮਾਸ਼ਾਅੱਲਾ ਠੰਡਾ ਜਿਹਾ ਹਵਾ ਹੈ ਅਤੇ ਵੀ ਇਹ ਵੀ ਮਾਹੌਲ ਬਣਿਆ ਪਏ, ਇਹ ਸੰਗਤ ਬਾਦਲ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ, ਅਤੇ ਸੰਗਤ ਵੀਡੀਓ ਦੇ ਨਾਲ ਰਵਣਾ ਥੀ ਸਕਦੇ ਵਲੋਗ ਕੋਈ ਇੱਥੇ ਐਂਡ ਕਰੋ ਅਤੇ ਪਾਰਟ ਟੂ ਬਣਾਓ, ਅਤੇ ਤੁਹਾਡੇ ਡੇਰਾ ਬੁਗਜੀ ਮਹੀਨੇ ਦਾ ਵਿਆਹ ਵਲੋਗ ਬਣਾ ਸਕਦੋ, ਕਿਉਂਕਿ ਇਹ ਢੇਰ ਸਾਰਾ ਲੰਬਾ ਥੀ ਗਏ, ਅਤੇ ਬਾਕੀ ਅੱਲਾ ਖੈਰ ਕਰੇ ਅੱਜ ਦੇ ਵਲੋਗ ਮਤਲਬ ਹੁਣ ਦੇ ਵਲੋਗ ਕੋਈ ਥੀ ਕਹਿੰਦੇ ਪਏ ਐਂਡ ਅਤੇ ਨੈਕਸਟ ਵਲੋਗ ਬਣੇ ਨੂੰ ਲੈ ਵੀ ਥੈਂਕ ਯੂ ਸੋ ਮਚ ਹੁੰਦਾ ਇੰਤਜ਼ਾਰ ਪਿਆ ਸੋ, ਅਤੇ ਇਸ ਟਾਈਮ ਆਇਆ ਸਾਂ ਮਾੜੀ ਜੋ ਕਿ ਨੈਕਸਟ ਵਲੋਗ ਬਣੇ ਪਏ ਡੇਰਾ ਬੁਗਜੀ ਵੇਚਦੇ ਹਾਂ ਸਾਂ, ਅਤੇ ਤੁਸੀਂ ਵੀਡੀਓ ਦੇ ਨਾਲ ਰਹਿਣਾ ਕਿਉਂਕਿ ਅੱਜ ਦਾ ਵਲੋਗ ਅਤੇ ਹੁਣ ਦਾ ਵਲੋਗ ਥੀ ਕਹਿੰਦੇ ਪਏ ਐਂਡ ਅਤੇ ਨੈਕਸਟ ਵਲੋਗ ਬਣੇ ਪਏ ਪਾਰਟ ਟੂ, ਅਤੇ ਉਹ ਵੀ ਅਸਾਂ ਬਣੇ ਨੇ ਲੈ ਵੀ ਥੈਂਕ ਯੂ ਸੋ ਮਚ ਵੀਡੀਓ ਦੇ ਨਾਲ ਰਹਿਣਾ, ਅਤੇ ਸੰਗਤ ਇਸ ਟਾਈਮ ਨਾਲ ਅਸਾਂ ਮਾੜੀ ਦੇ ਥਾਣਾ ਪੀ ਐਮ ਪੀ ਥਾਣਾ ਇਹ ਤੁਸੀਂ ਚੈੱਕ ਕਰ ਸਕਦੇ ਮਾੜੀ ਗੁਰਚਾਨੀ ਸ਼ੋ ਇੰਚਾਰਜ, ਬਾਕੀ ਸੰਗਤ ਤੁਸੀਂ ਚੈੱਕ ਕਰ ਸਕਦੇ ਮਾੜੀ ਦਾ ਥਾਣਾ ਪੀ ਐਮ ਪੀ ਥਾਣਾ ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਅੱਬੂ ਤੋਂ ਇਕੱਠੇ ਅਸਾਂ ਮਾੜੀ ਅਤੇ ਮਾਸ਼ਾਅੱਲਾ ਇੱਥੇ ਵਿਜ਼ਿਟ ਕਰਨ ਦੇ ਪਏ ਮਾਸ਼ਾਅੱਲਾ ਵੀ ਇਹ ਵੀ ਮਾਹੌਲ ਹੈ ਸੰਗਤ ਇਹ ਤੁਸੀਂ ਚੈੱਕ ਕਰ ਸਕਦੇ, ਅਤੇ ਮੇਰੇ ਸਿਹਰੇ ਥੋੜ੍ਹਾ ਦਰਦ ਦੇ ਵਾਂਝਦੇ ਚਾਹ ਪੀਓ ਥੋੜ੍ਹਾ ਲੈ ਵੀ ਵੀਡੀਓ ਦੇ ਨਾਲ ਆਉਣੇ, ਅਤੇ ਸੰਗਤ ਅਤੇ ਹੋਟਲ ਦੇ ਵਿੱਚ ਅਸਾਂ ਤੁਹਾਨੂੰ ਵਿਜ਼ਿਟ ਕਰਾਉਂਦੇ ਮਾੜੀ ਦੇ ਵਿੱਚ ਹੋਟਲ ਹੈ ਸੰਗਤ ਤੁਹਾਨੂੰ ਚੈੱਕ ਕਰ ਸਕਦੇ ਮਾਸ਼ਾਅੱਲਾ ਵੀ ਇਹ ਵੀ ਮਾਹੌਲ ਹੈ ਸਭ ਤੋਂ ਬਿਹਤਰ ਸਭ ਇੱਥੇ ਚੰਗਾ ਲੱਗੇ, ਅਤੇ ਅਸਾਂ ਅੱਗੇ ਇੱਥੇ ਚਾਹ ਹੀ ਪੀਂਦੇ ਹਾਂ, ਅਤੇ ਉਹ ਵਿਜ਼ਿਟ ਕਰਨ ਨੂੰ ਅੰਦਰ ਵਾਂਝਦੇ ਮਾਸ਼ਾਅੱਲਾ ਵੀ ਇਹ ਵੀ ਮਾਹੌਲ ਹੈ ਅੱਗੋਂ ਨਹੀਂ ਜਾਂਦਾ ਰਹਿਣ, ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਬਾਕੀ ਸੰਗਤ ਵੇ ਮਾਹੌਲ, ਅਤੇ ਸੰਗਤ ਉੱਤੋਂ ਵਿਜ਼ਿਟ ਕਰਨਾ ਉੱਤੋਂ ਦਾ ਮਾਹੌਲ ਚੈੱਕ ਕਰਨਾ, ਬਾਕੀ ਤਾਂ ਸੰਗਤ ਦੀ ਸਭ ਵੇ ਮਾਹੌਲ ਹੈ ਸਾਗੋ ਰਾਤ ਇੱਥੇ ਟਿਕਣਾ, ਅਤੇ ਅਸਾਂ ਕਿੱਥੇ ਚੰਗਾ ਹੋਟਲ ਹੈ ਅਤੇ ਇੱਥੇ ਸੁਮ ਪਾਉਂਦੇ ਹਾਂ ਅਤੇ ਟਿਕ ਪਾਉਣੋ, ਅਤੇ ਉੱਤੋਂਲੇ ਪਾਸੋਂ ਮੈਂ ਆ ਗਿਆ ਅਤੇ ਤੋਂ ਵਿਜ਼ਿਟ ਕਰਵਾਉਣ ਵਾਸਤੇ, ਇਹ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ, ਹੁਣ ਤੁਸੀਂ ਨਜ਼ਾਰਾ ਚੈੱਕ ਕਰੋ ਮਾੜੀ ਦਾ, ਓਏ ਹੋਏ ਹੋਏ, ਅਤੇ ਸੰਗਤ ਇਸ ਟਾਈਮ ਨਾਲ ਮੈਂ ਫੁੱਲ ਥੱਕਿਆ ਵਾ, ਫੁੱਲ ਥੱਕਿਆ ਵਾ, ਅਤੇ ਮੈਂ ਥੋੜ੍ਹਾ ਨਿੰਦ ਕਰ ਜਾਣਾ ਕਹਿਣਾ ਅੱਬੂ ਦੇ ਸਫ਼ਰ ਕਰਨਾ, ਅਤੇ ਮੈਂ ਤਾਂ ਇੱਥੇ ਸੁਮਨੂੰ ਰਾਤ ਇੱਥੇ ਟਿਕ ਦੂਣ ਲੱਗੀ ਕਹਿਣਾ ਅੱਬੂ ਦੇ ਮੈਨੂੰ ਦੇ ਦੂੰ ਕਿਆ ਸਲਾਹ ਬਣਦੇ, ਬਾਕੀ ਅੱਲਾ ਖੈਰ ਕਰੇ ਨਾ।